ਪਹਿਲਾਂ ਸਾਰੇ ਇੱਕ ਗੱਲ ਸੁਣ ਲਓ। ਹਾਂਜੀ ਹੁਕਮ ਕਰੋ ਜੀ। ਮੈਨੂੰ ਕਿਸੇ ਨੇ ਫਜ਼ੂਲ ਸਵਾਲ ਕੀਤਾ ਨਾ, ਆਓ ਮੇਰਾ ਯਾਮਾ ਖਲੋਤਾ, ਮੈਂ ਕਿੱਕ ਮਾਰਨੀ ਤੇ ਨਿਕਲ ਜਾਣਾ ਜੀ। ਜਨਾਬ ਜ਼ਿਆਦਾ ਤੋਂ ਵੱਧ ਸਵਾਲ ਪੁੱਛ ਲਈਏ। ਪੁੱਛੋ ਜੀ। ਜੱਜ ਕਦੋਂ ਤੱਕ ਬਹਾਲ ਹੋਣਗੇ? ਜਦੋਂ ਤੱਕ ਨੋਟਾਂ ਦੀ ਬਹਾਰ ਸੱਜਣਾ, ਉਦੋਂ ਤੱਕ ਜੱਜਾਂ ਦਾ ਇਹ ਹਾਲ ਸੱਜਣਾ। ਇਹ ਗੱਲ ਕੁਛ ਸਮਝ ਨਹੀਂ ਆਈ। ਆ ਤੇ ਮੈਂ ਕਿਹੜਾ ਸਮਝ ਆਉਣ ਵਾਸਤੇ ਕੀਤੀ? ਤੁਸੀਂ ਜੱਜਾਂ ਦੀ ਗੱਲ ਕਰ ਰਹੇ ਸੀ? ਆਹੋ ਤੇ ਉਹੀ ਕਰ ਰਿਹਾ ਸੀ। ਇਹ ਮਾਮਲਾ ਕਦੋਂ ਤੱਕ ਨਿਬੜੇਗਾ? ਥੋੜੇ ਦਿਨਾਂ ਤੱਕ, ਗੱਲਾਂ ਤੇ ਹੁੰਦੀਆਂ ਰਹੂ। ਔਰ ਮੇਰੇ ਯਾਮੇ ਦਾ ਵੀ ਖਿਆਲ ਰੱਖਿਓ, ਉਹਦਾ ਹੈਂਡਲ ਲਾਗ ਨਹੀਂ ਸਹੀ। ਆ ਮੇਰੀ ਮੋਟਰਸਾਈਕਲ ਯਾਰ ਤੇਲ ਬਹੁਤ ਖਾਣ ਲੱਗ ਪਈ ਆ, ਮੇਰਾ ਖਿਆਲ ਇਹਨੂੰ ਬਦਲ ਲਵਾਂ। ਮੈਂ ਤਾਂ ਕਹਿੰਦਾ ਚਾਚਾ ਜੀ ਕਾਰ ਲੈ ਲਓ। ਕਾਰ ਲਈ ਸੀ? ਆਪਣੀ ਜ਼ਾਤੀ ਲਈ ਸੀ? ਹਾਂ। ਤੇ ਉਹ ਕਿੱਧਰ ਗਈ? ਉਹਦੇ ਵਿੱਚ ਇੱਕ ਬਹੁਤ ਵੱਡਾ ਫਾਲਟ ਪੈ ਗਿਆ ਸੀ, ਉਹ 'ਚ ਪੈਟਰੋਲ ਨਾਲ ਬਹੁਤ ਚੱਲਦੀ ਨਹੀਂ ਸੀ। ਤੁਸੀਂ ਜੱਜਾਂ ਦੀ ਗੱਲ ਕਰ ਰਹੇ ਸੀ? ਹਾਂ। ਆ ਤੇ ਫਿਰ ਉਹ ਕਰੋ ਨਾ। ਤੇ ਮੈਂ ਉਹੀ ਕਰ ਰਿਹਾ ਜੀ ਜੀ, ਕਿ ਜਦੋਂ ਤੱਕ ਸਾਰੇ ਜੱਜ ਹਾਂਜੀ ਹਾਂਜੀ ਜਦੋਂ ਤੱਕ ਸਾਰੇ ਜੱਜ ਕੀ ਆ ਯਾਰ ਕਹਿੰਦੇ ਜੈਸ ਤੋਂ 5 ਰੁਪਏ ਘੰਟਾ ਵੀ ਗੱਲ ਹੁੰਦੀ ਹੈ, ਗੱਲ ਸੱਚੀ? ਉਹ ਚਾਚੇ ਉਹ ਜੱਜਾਂ ਦੀ ਗੱਲ ਹੋ ਰਹੀ ਸੀ। ਆਹੋ ਤੇ ਉਹੀ ਕਰ ਰਿਹਾ ਭਈ, ਛੇਤੀ ਬਹਾਲ ਹੋ ਜਾਣਗੇ ਸਾਰੇ ਜੱਜ। ਉਹ ਜਨਾਬ ਅਸੀਂ ਇਹ ਪੁੱਛਣ ਆਏ ਆ, ਜੱਜ ਬਹਾਲ ਕਰਾਉਣ ਵਾਸਤੇ ਤੁਹਾਡੀ ਆਪਣੀ ਜ਼ਾਤੀ ਪ੍ਰੋਗਰੈਸ ਕੀ ਹੈ? ਮੇਰੀ ਇਸ ਬਾਰੇ ਖਿਦਮਾਤ ਤਾਂ ਪੁੱਛ ਰਹੇ ਹੋ? ਨਹੀਂ ਜੀ, ਅਸੀਂ ਇਹ ਪੁੱਛ ਰਹੇ 1.5 ਮਸਰਾਂ ਦੀ ਦਾਲ ਕਿੰਨੇ ਦੀ ਆਉਂਦੀ ਹੈ। ਮੇਰੇ ਨਾਲ ਫਜ਼ੂਲ ਸਵਾਲ ਨਾ ਕਰੋ, ਸਿਰਫ ਜੱਜਾਂ ਦੀ ਗੱਲ ਪੁੱਛੋ। ਉਹੀ ਪੁੱਛੀ ਆ ਜੀ। ਲੈ ਇੱਕ ਵਾਰੀ ਵੀ ਨਹੀਂ ਪੁੱਛੀ। ਦੱਸੋ ਜੱਜਾਂ ਦਾ ਕੀ ਬਣਿਆ? ਜੱਜ ਸਾਹਿਬਾਨ ਜਿਹੜੇ ਨੇ, ਉਹ ਜੱਜ ਜਿਹੜੇ ਨੇ ਜਿਨ੍ਹਾਂ ਦਾ ਪੁੱਛ ਰਹੇ ਹੋ, ਛੇਤੀ ਬਹਾਲ ਹੋ ਜਾਣਗੇ। ਉਹ ਕੁਛ ਹੋਰ ਵੀ ਦੱਸੋ। ਉਹ ਜੱਜ ਕੀਮੇ ਵਾਲੀਆਂ ਟਿੱਕੀਆਂ ਪਲਾਕੇ ਦੀਆਂ ਚੰਗੀਆਂ ਨੇ। ਫਿਰ ਤੁਸੀਂ ਕਹਿਣਾ ਫਜ਼ੂਲ ਸਵਾਲ, ਜੱਜਾਂ ਦੀ ਗੱਲ ਹੋ ਰਹੀ ਸੀ। ਆਹੋ ਤੇ ਉਹੀ ਕਰ ਰਹੇ ਆ। ਜੱਜ ਬਹਾਲ ਕਰਾਉਣ ਦੇ ਵਾਅਦੇ ਵੀ ਹੋ ਚੁੱਕੇ ਨੇ, ਤੇ ਉਹਨਾਂ ਦਾ ਕੀ ਬਣਿਆ? ਹੋ ਜਾਣਗੇ ਬਹਾਲ, ਮਸਲ ਉੱਡ ਕੇ ਆ ਕੇ ਸੀਟਾਂ ਤੇ ਬੈਠਣਗੇ, ਕਿੱਦਾਂ ਬਹਾਲ ਹੋਣਗੇ? ਇੱਕ ਗੱਲ ਮੈਂ ਤੁਹਾਨੂੰ ਸ਼ਰਤੀਆ ਕਹਿ ਦਿੰਦਾ। ਹਾਂਜੀ ਹਾਂਜੀ ਹੁਕਮ ਕਰੋ। ਕਿ ਫੀਜੇ ਨਾਲੋਂ ਚੰਗੇ ਭੱਲੇ ਕੋਈ ਨਹੀਂ ਬਣਾ ਸਕਦਾ। ਜੱਜਾਂ ਦੀ ਗੱਲ ਕਰ ਸੁਣਿਆ। ਆਹੋ ਤੇ ਯਾਰ ਉਹੀ ਕਰ ਰਹੇ ਆ। ਨਹੀਂ ਪਹਿਲੇ ਭੱਲਿਆਂ ਦੀ ਗੱਲ ਕਰ ਲਓ। ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਕਿ ਵਿੱਚ ਫਜ਼ੂਲ ਸਵਾਲ ਕੋਈ ਨਹੀਂ ਕਰਨਾ, ਸਿਰਫ ਜੱਜਾਂ ਦੀ ਗੱਲ ਕਰਨੀ ਹੈ। ਮੁਕਲਾ ਬਰਾਦਰੀ ਦੀਆਂ ਕੁਰਬਾਨੀਆਂ ਕਦੋਂ ਤੱਕ ਕੰਮ ਆਉਣਗੀਆਂ? ਉਹ ਜ਼ਾਇਆ ਨਹੀਂ ਜਾਣਗੀਆਂ। ਇਹ ਗੱਲ ਕਿਸ ਸਟੇਜ ਤੇ ਪਹੁੰਚੀ ਏ? ਸਾਡੀ ਗੱਲ ਟੈਲੀਨਾਰ ਤੋਂ ਹੁੰਦੀ ਏ, 1 ਮਿੰਟ 1.5 ਪੇਜ। ਸਾਨੂੰ ਲੱਗਦਾ ਤੁਸੀਂ ਜੱਜਾਂ ਦੀ ਗੱਲ ਨਹੀਂ ਕਰਨੀ। ਤੇ ਉਹੀ ਕਰ ਰਹੇ ਆ। ਕੋਈ ਹੋਰ ਕਰੋ। ਮੈਂ ਪਹਿਲੇ ਵੀ ਕਹਿ ਚੁੱਕਿਆ ਵਿੱਚ ਫਜ਼ੂਲ ਸਵਾਲ ਨਾ ਕਰੋ। ਸਾਰੀ ਕੌਮ ਦਾ ਸਵਾਲ ਏ ਜੱਜਾਂ ਦੀ ਬਹਾਲੀ ਤੇ। ਸੁਣ ਲਓ, ਫਾਲਸੇ ਦੇ ਜੂਸ 'ਚ ਮਰਿੰਡਾ ਪਾਈਏ ਤਾਂ ਬਹੁਤ ਵਧੀਆ ਬਣਦਾ ਜੇ।